ਜਾਂਦਾ ਇਹ ਲੜਾਈ ਦੀ ਲੜਾਈ ਹਮ ਡਾਕਟਰ ਹੈ ਪਰੇਸ਼ਾਨੀ ਤੇ ਨਹੀਂ ਹੋਈ ਕੋਈ ਨਹੀਂ ਨਹੀਂ ਮੈਂ ਪਾਗਲ ਹੋਣ ਵਾਲੀ ਹੋ ਗਈ ਆ ਬਸ ਕੋਈ ਗੱਲ ਨਹੀਂ ਮੇਰੇ ਦਿਲ ਤੇ ਹੱਥ ਰੱਖੋ ਕਿੱਥੇ ਕੀ ਹੈ ਆ ਵੇਖ ਥੋੜਾ ਕਰ ਇੱਕ ਮਿੰਟ ਅਮਰੀਕਾ ਨਾਲ ਭੈਣ ਪੇਸ਼ ਕਰੋ ਚਲੋ ਨਾ ਕਰੋ ਨਾ ਕਿਉਂ ਨਾ ਤੁਸੀਂ ਉੱਪਰ ਕਰਦੇ ਹੋ ਤੇ ਮੈਂ ਕੈਬ ਕਰ ਦੇਣੀ ਜੇ ਅੱਗੇ ਉਹ ਮੇਰਾ ਟੁੱਲਾ ਗਿਆ ਖਲੋ ਉਦੋਂ ਬਾਅਦ ਉਹ
ਨਿਆਜ਼ ਕਰਕੇ ਬਿਨ ਪਰਾਂ ਹੀ ਉਡਾਰੀਆਂ ਮਾਰੀਆਂ ਨੇ ਅਤੇ ਬਾਅਦ ਉਦਾਂ ਨਹੀਂ ਪਕਦੀ ਖੀਰ ਸਾਈਆਂ ਅਸਾਂ ਕੀਤੀਆਂ ਕੋਸ਼ਿਸ਼ਾਂ ਸਾਰੀਆਂ ਨੇ ਅਤੇ ਜਿੰਨਾ ਮਾਂ ਪਿਓ ਵੱਲ ਕੰਡ ਕੀਤੀ ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਜਿੰਨੇ ਕੋ ਹੈ ਉਹ ਤਾੜੀਆਂ ਵੀ ਮਾਰੀਆਂ ਇਹ ਤੁਸੀਂ ਦਿਲ ਥੋੜ੍ਹਾ ਨਾ ਕਰੋ ਕਿ ਥੋੜ੍ਹੇ ਕੁ ਮੇਰੇ ਵੱਲ ਤੁਸੀਂ 1.25 ਲੱਖ ਹੋ ਅਤੇ ਮੇਰੇ ਦਿਨ ਤਬੀਅਤ ਵੀ ਨਹੀਂ ਸੀ ਅਤੇ ਮੇਰਾ ਗਲਾ ਵੀ ਨਹੀਂ ਠੀਕ ਡਾਕਟਰ ਬਿਮਾਰ ਨਹੀਂ ਹੋ ਸਕਦੇ ਡਾਕਟਰ ਖੁਦਾ ਨੇ ਅੱਲਾ ਮਾਫ਼ ਕਰੇ ਡਾਕਟਰ ਜੀ ਸਭ ਤੋਂ ਜ਼ਿਆਦਾ ਬਿਮਾਰ ਹੋ ਫਿਰ ਚਲੋ ਚਲੋ ਯਾਰ ਉਹਦਾ ਜਿਹੜਾ ਹੱਕ ਬਣਦਾ ਉਹਨੂੰ ਫੜਾ ਦਿਓ ਚਲੋ ਕੋਈ ਗੱਲ ਨਹੀਂ ਕੀਤੀ ਖਿਦਮਤ ਨਾਲ ਜਿਉਂਦੇ ਆ ਚਲੋ ਛੱਡ ਦਿਓ ਸ਼ਬਾਜ਼ ਸਾਹਿਬ ਉਹ ਭੈਣ ਸ਼ਬਾਜ਼ ਚੌਧਰੀ ਸਾਹਿਬ ਜਾਣਦੇ ਹੋ ਮਾਪਿਆਂ ਦੇ ਤੇ ਮੋਇਆ ਢੋਂਗਰ ਚਾਵਣ ਦਾ ਕੀ ਫਾਇਦਾ ਕੋਲ ਬਹਿ ਕੇ ਟੁਕੜਾ ਕਦੀ ਫੋਲਿਆ ਹੀ ਨਹੀਂ ਤੇ ਪਿੱਛੋਂ ਰੋਵਣ ਪੁਰਲਾਵਣ ਦਾ ਕੀ ਫਾਇਦਾ ਸਾਹ ਹੁੰਦੇ ਆ ਭੁੱਖ ਨਾ ਪਿਆਸ ਪੁੱਛੀ ਤੇ ਬਾਅਦ ਉਹ ਦੇਗਾਂ ਚੜ੍ਹਾਵਣ ਦਾ ਕੀ ਫਾਇਦਾ ਉਹ ਜਿਹਦੇ ਮਾਪੇ ਨਾ ਗਏ ਰਾਤੀ ਦੁਨੀਆਂ ਤੋਂ ਉਹਨੂੰ ਮੱਕੇ ਵੱਲ ਜਾਵਣ ਦਾ ਕੀ ਫਾਇਦਾ ਰਿਸ਼ਤੇ ਬਣਦੇ ਨੇ ਯਾਰ ਰਿਸ਼ਤੇ ਫਰਸ਼ ਵਾਲੇ ਬਣਾ ਸਕਦੇ ਨਹੀਂ ਤੇ ਜੇ ਚੀਜ਼ ਦੀ ਹਿਫਾਜ਼ਤ ਖੁਦ ਖੁਦਾ ਕਰੇ ਉਹਨੂੰ ਡਾਕੂ ਚੋਰ ਲੈ ਜਾ ਸਕਦੇ ਨਹੀਂ ਤੇ ਜਿਹੜੀ ਸ਼ੰਮਾ ਰੱਬ ਆਪ ਚਲਾਵੇ ਸਾਰੇ ਮਿਲ ਕੇ ਉਹਨੂੰ ਬੁਝਾ ਸਕਦੇ ਨਹੀਂ ਇਕੱਲਾ ਪਿਓ 10 ਪੁੱਤਰ ਪਾਲਦਾ ਯਾਰੋ 10 ਪੁੱਤਰ ਇਕੱਲੇ ਪਿਓ ਨੂੰ ਪਾਲ ਸਕਦੇ ਨੇ ਲੇਕਿਨ ਤੁਸੀਂ ਹਿਲਦੇ ਜੁਲਦੇ ਨਹੀਂ ਪਏ ਇਹ ਤੁਹਾਡੀਆਂ ਤਾੜੀਆਂ ਦੇ ਵਿੱਚ ਸਾਰਾ ਕੁਝ ਹੁੰਦਾ ਫਨਕਾਰ ਦਾ ਫਨਕਾਰ ਦੇ ਸਾਹਮਣੇ ਜੋ ਤਾੜੀ ਵੱਜੇ ਨਾ ਤੇ ਉਹ ਅਖਰੋਟ ਬਦਾਮ ਕਿਸ਼ਮਿਸ਼ ਘਿਓ ਦੇਸੀ ਮੱਖਣ ਸਾਰਾ ਕੁਝ ਹੁੰਦਾ ਕਿਉਂਕਿ ਤੁਸੀਂ ਹਿਲਦੇ ਜੁਲਦੇ ਰਹੋਗੇ ਤੇ ਮੈਨੂੰ ਵੀ ਮਜ਼ਾ ਆਏਗਾ ਡਰਾਮਾ ਕਰਨ ਦਾ ਹੱਥਾਂ ਦੀਆਂ ਤਾੜੀਆਂ ਦੀ ਆਵਾਜ਼ ਆਉਣੀ ਚਾਹੀਦੀ ਗੱਲ ਤੇ ਕਰ ਲਵਾਂ ਫਿਰ ਕਾਲਾ ਮੂਸਾ ਖਾਰੀਆਂ ਲਾਓ ਗੇਟ ਤੇ ਫਿਰ ਨਗਰਾਲੀਆਂ ਅੱਗੇ ਟੰਗਾ ਪਿੱਛੇ ਲਾਰੀਆਂ ਤੇ ਪਾਕਿਸਤਾਨ ਦੇ ਨਾਂ ਦੀਆਂ ਤਾੜੀਆਂ ਚਲੋ ਅੱਲਾ ਖੈਰ ਕਰੇ ਤੇ ਚੰਗੀਆਂ ਚੰਗੀਆਂ ਗੱਲਾਂ ਹਨ ਮਾਂ ਪਿਓ ਦੀ ਸ਼ਾਨ ਦੇ ਦੋ ਚਾਰ ਸ਼ੇਰ ਇੱਕ ਫਕੀਰ ਹੁੰਦਾ ਫਕੀਰ ਸਾਰਾ ਦਿਨ ਮੰਗਦਾ ਰਹਿੰਦਾ ਸਦਾ ਲਾਉਂਦਾ ਉਹਨੂੰ ਕਿਧਰੋਂ ਕੋਈ ਖੈਰ ਨਹੀਂ ਪੈਂਦੀ ਇੱਕ ਗਲੀ ਦੇ ਵਿੱਚ ਵੜ ਜਾਂਦਾ ਇੱਕ ਬੂਹਾ ਖੜਕਾਉਂਦਾ ਅੰਦਰੋਂ ਬੀਬੀ ਨਿਕਲ ਆਉਂਦੀ ਹੈ ਉਹ ਆਉਂਦੀ ਵੇ ਭਾ ਕਿੱਥੋਂ ਹੈ ਆਂਦਾ ਮੈਂ ਮੋਇਆਂ ਦੀ ਮੰਡੀ 'ਚੋਂ ਆਇਆ ਅੱਕਿਆ ਹੁੰਦਾ ਉਹ ਆਉਂਦੀ ਉੱਥੇ ਮੇਰੀ ਧੀ ਮਿਲੀ ਹੈ ਉਹ ਫਕੀਰ ਆਂਦਾ ਲੱਗਦਾ ਇਹਦੀ ਧੀ ਫੌਤ ਹੋ ਗਈ ਆਂਦਾ ਅੱਜ ਤੁਹਾਡੀ ਧੀ ਮਿਲੀ ਉਹਦਾ ਸੁਨੇਹਾ ਲੈ ਕੇ ਆਇਆ ਉਹ ਆਉਂਦੀ ਇੱਥੇ ਖਲੋ ਉਹ ਅੰਦਰ ਜਾਂਦੀ ਇੱਡੀ ਬੁਚਕੀ ਸੋਨੇ ਦੀ ਬੱਜੀ ਲੈ ਆਉਂਦੀ ਹੈ ਲਿਆ ਕੇ ਉਹਨੂੰ ਦੇ ਦਿੰਦੀ ਹੈ ਉਹਨੂੰ ਆਉਂਦੀ ਆ ਮੇਰੀ ਧੀ ਨੂੰ ਕਹਿੰਦੇ ਤੇਰੀ ਮਾਂ ਨੇ ਭੇਜਿਆ ਉਹ ਲੈ ਕੇ ਨਿਕਲ ਜਾਂਦਾ ਉੱਤੋਂ ਦਾ ਬੰਦਾ ਆ ਜਾਂਦਾ ਉਹ ਆਉਂਦੀ ਕਰਮਾ ਲਿਆ ਇੱਕ ਮੋਇਆਂ ਦੀ ਮੰਡੀ 'ਚੋਂ ਬੰਦਾ ਆਇਆ ਸੀ ਮੈਂ ਸੋਨੇ 'ਤੇ ਪੁੱਛ ਕੇ ਉਹਨੂੰ ਦੇ ਛੱਡੀ ਮੈਂ ਕਿਹਾ ਸਾਡੀ ਧੀ ਨੂੰ ਦੇ ਦੀ ਉਹ ਆਉਂਦਾ ਉਹ ਤਾਂ ਕੋਈ ਠੱਗ ਲੱਗਦਾ ਹੀ ਇਹ ਕੀ ਕੀਤੇ ਉੱਥੋਂ ਘੋਣ ਹੁੰਦੇ ਵਾਪਸ ਉਹਨੇ ਘੋੜਾ ਕੱਢਿਆ ਘੋੜੇ 'ਤੇ ਬੇਟਾ ਤਗੜ ਦਿੱਤੋ ਦੇ ਮਗਰ ਉਹਨੂੰ ਆਵਾਜ਼ ਮਾਰਿਓ ਹੋਰ ਤੇਜ਼ ਉਹਨੂੰ ਆਵਾਜ਼ ਮਾਰਿਓ ਹੋਰ ਤੇਜ਼ ਅੱਗੇ ਇੱਕ ਦਰਖਤ ਆ ਗਿਆ ਉਹ ਫਕੀਰ ਦਰਖਤ 'ਤੇ ਚੜ੍ਹ ਗਿਆ ਉਹ ਵੀ ਥੱਲੇ ਜਾ ਘੋੜਾ ਖਿਲਾਰ ਕੇ ਉਹ ਵੀ ਦਰਖਤ 'ਤੇ ਚੜ੍ਹ ਗਿਆ ਇਹ ਜਦੋਂ ਦਰਖਤ 'ਤੇ ਚੜ੍ਹਿਆ ਉਹ ਪਰਲੇ ਪਾਸੇ ਉੱਤਰ ਕੇ ਘੋੜੇ 'ਤੇ ਬੈਠਾ ਘੋੜਾ ਵੀ ਲੈ ਗਿਆ ਉਹਨੂੰ ਆਉਂਦਾ ਭਾਈ ਗੱਲ ਸੁਣ ਸਾਡੀ ਧੀ ਨੂੰ ਕਹੀ ਘੋੜਾ ਪਿਓ ਲੋ ਤੇ ਜ਼ੇਵਰ ਮਾਰ ਲੋ ਹੱਥ ਲਾ ਕੇ ਰੱਖਣੇ ਜੇ ਜਿੰਨੀ ਦੇਰ ਤੁਸਾਂ ਨਹੀਂ ਨਾ ਹਿੱਲਣਾ ਉਨੀ ਦੇਰ ਮੈਂ ਇੱਥੇ ਇਕੱਲੇ ਨਹੀਂ ਰਹਿਣਾ ਜੀ ਨਹੀਂ ਖਲੋਤਾ ਨਹੀਂ ਮੈਂ ਰਹਿੰਦਾ ਮੈਂ ਬਹਾਂਗਾ ਵੀ ਇਹ ਮੌਲੀ ਸਾਹਿਬ ਬਹਿ ਲੈਂਦੇ ਹੋ ਕਦੀ ਇੱਧਰ ਕਦੀ ਇੱਧਰ ਸਪਰੇਗ ਨਹੀਂ ਮਹਿਰ ਜੀ ਹੋ ਰਹੀ ਹੈ ਕੋਈ ਗੱਲ ਇੱਕ ਬੰਦਾ ਸਮੁੰਦਰ ਦੇ ਵਿੱਚ ਡੁੱਬ ਰਿਹਾ ਹੁੰਦਾ ਉਹ ਅੱਲਾ ਕੇ ਦੁਆ ਕਰਦਾ ਯਾ ਅੱਲਾ ਇਹਨਾਂ ਨਾਲ ਡੁੱਬ ਜਾਂਦਾ ਆਂਦਾ ਯਾ ਅੱਲਾ ਮੈਨੂੰ ਬਚਾ ਲਾ ਮੈਂ ਤੇਰੇ ਨਾਂ ਦੀਆਂ 7 ਦੇਗਾ ਦਿਆਂਗਾ ਅੱਲਾ ਤਾਲਾ ਦੇ ਨੇ ਚੱਲ ਕੋਈ ਗੱਲ ਨਹੀਂ ਠੀਕ ਹੈ ਅੱਲਾ ਨੇ ਪਾਣੀ ਨੂੰ ਹੁਕਮ ਕੀਤਾ ਠੱਲ ਵੱਜੀ ਹੋ ਇਹਨਾਂ ਬਾਹਰ ਆ ਗਿਆ ਆਂਦਾ ਯਾ ਅੱਲਾ 7 ਨਹੀਂ 4 ਦੇਗਾ ਅੱਲਾ ਦਾ ਚੱਲ ਕੋਈ ਗੱਲ ਨਹੀਂ 4 ਦੇਗਾ ਹੀ ਸਹੀ ਫਿਰ ਅੱਲਾ ਨੇ ਪਾਣੀ ਨੂੰ ਹੁਕਮ ਕੀਤਾ ਠੱਲ ਵੱਜੀ ਹੋ ਗੋੜੇ ਗੋੜੇ ਬਾਹਰ ਆ ਗਿਆ ਆਂਦਾ ਅੱਲਾ 4 ਨਹੀਂ 2 ਦੇਗਾ ਅੱਲਾ ਨੇ ਕਿਹਾ ਚੱਲ 2 ਦੇਗਾ ਹੀ ਸਹੀ ਫਿਰ
اللہ نے پانی حکم کیا ڈل وجی تو پانی وہ باہر باہر جا کے نہ کیڑیاں دے گا اللہ نے پھر پانی حکم کیا ڈل آئی اور کھچ کے بچ لے آئی آدھا یا اللہ پوچھنے میٹھیاں کہ دونیاں